ਧਿਆਨ ਦੇਣ ਯੋਗ ਗੱਲਾਂ। ਨੰਬਰ 1, ਸਵੇਰੇ ਖਾਲੀ ਪੇਟ ਠੰਡਾ ਪਾਣੀ ਨਾ ਪੀਓ, ਇਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨੰਬਰ 2, ਦਾਲਚੀਨੀ ਦਾ ਇਸਤੇਮਾਲ ਕਰਨ ਨਾਲ ਮੋਟਾਪਾ ਘਟਣ ਲੱਗ ਜਾਂਦਾ ਹੈ। ਨੰਬਰ 3, ਠੰਡਾ ਪਾਣੀ ਪੀਣ ਦੀ ਬਜਾਏ ਗਰਮ ਦੁੱਧ ਪੀਣਾ ਚਾਹੀਦਾ ਹੈ, ਗਰਮ ਦੁੱਧ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 4, ਕੌੜੀਆਂ ਚੀਜ਼ਾਂ ਖਾਣ ਨਾਲ ਸਿਹਤ ਵਧੀਆ ਰਹਿੰਦੀ ਹੈ ਅਤੇ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਅਸੀਂ ਮੌਤ ਦੇ ਹੋਰ ਵੀ ਕਰੀਬ ਹੋ ਜਾਂਦੇ ਹਾਂ। ਨੰਬਰ 5, ਜੇਕਰ ਤੁਹਾਡੇ ਵਾਲ ਜ਼ਿਆਦਾ ਝੜ ਰਹੇ ਹਨ ਤਾਂ ਵਾਲਾਂ ਨੂੰ ਚੌਲਾਂ ਦੇ ਪਾਣੀ ਨਾਲ ਧੋਵੋ, ਵਾਲ ਝੜਨੇ ਬੰਦ ਹੋ ਜਾਣਗੇ। ਨੰਬਰ 6, ਖਾਣੇ ਨਾਲ ਪਿਆਜ਼ ਜ਼ਰੂਰ ਖਾਓ, ਪਿਆਜ਼ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਨੰਬਰ 7, ਨਹਾਉਣ ਤੋਂ ਪਹਿਲਾਂ ਨਮਕ ਖਾ ਲਓ, ਖਾਰਸ਼ ਨਹੀਂ ਹੋਵੇਗੀ। ਨੰਬਰ 8, ਹਰ ਰੋਜ਼ ਚਿਹਰੇ ਨੂੰ ਕੱਚਾ ਦੁੱਧ ਲਗਾਓ, ਚਿਹਰਾ ਚਮਕਦਾਰ ਅਤੇ ਸੋਹਣਾ ਹੋ ਜਾਵੇਗਾ। ਨੰਬਰ 9, ਜੇਕਰ ਬੱਚਾ ਰਾਤ ਨੂੰ ਨਹੀਂ ਸੌਂਦਾ ਤਾਂ ਥੋੜ੍ਹਾ ਜਿਹਾ ਸ਼ਹਿਦ ਚਟਾ ਦਿਓ, ਬੱਚਾ ਆਸਾਨੀ ਨਾਲ ਸੌਂ ਜਾਵੇਗਾ। ਨੰਬਰ 10, ਜੇਕਰ ਸਰੀਰ ਵਿੱਚੋਂ ਪਸੀਨੇ ਦੀ ਬਦਬੂ ਆਉਂਦੀ ਹੈ ਤਾਂ ਨਹਾਉਣ ਵਾਲੇ ਪਾਣੀ ਵਿੱਚ ਗੁਲਾਬ ਦੇ ਅਰਕ ਦੀਆਂ ਬੂੰਦਾਂ ਪਾਓ। ਨੰਬਰ 11, ਜੇਕਰ ਤੁਹਾਡੀਆਂ ਹੱਡੀਆਂ ਕਮਜ਼ੋਰ ਹਨ ਤਾਂ ਸੋਇਆਬੀਨ ਖਾਓ, ਹੱਡੀਆਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ। ਨੰਬਰ 12, ਜੇਕਰ ਮੋਟਾਪਾ ਵੱਧ ਰਿਹਾ ਹੈ, ਪੇਟ ਲਟਕ ਰਿਹਾ ਹੈ ਤਾਂ ਧੁੰਨੀ ਵਿੱਚ ਸਰ੍ਹੋਂ ਦਾ ਤੇਲ ਪਾਓ, ਆਰਾਮ ਮਹਿਸੂਸ ਹੋਵੇਗਾ। ਨੰਬਰ 13, ਰੋਟੀ ਨੂੰ ਹਮੇਸ਼ਾ ਹੌਲੀ ਹੌਲੀ ਅਤੇ ਚਬਾ ਕੇ ਖਾਓ, ਪੇਟ ਅਤੇ ਕਮਰ ਦੀ ਚਰਬੀ ਘੱਟ ਜਾਵੇਗੀ। ਨੰਬਰ 14, ਖਾਣਾ ਖਾਣ ਤੋਂ ਬਾਅਦ ਹਮੇਸ਼ਾ ਗੁੜ ਖਾਓ, ਖਾਣਾ ਜਲਦੀ ਹਜ਼ਮ ਹੋ ਜਾਵੇਗਾ। ਨੰਬਰ 15, ਜੇਕਰ ਤੁਸੀਂ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਇਹ 3 ਚੀਜ਼ਾਂ ਖਾਓ, ਨਿੰਬੂ, ਬੰਦ ਗੋਭੀ ਅਤੇ ਖੀਰਾ। ਨੰਬਰ 16, ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਮਰੂਏ ਦੇ ਪੱਤੇ ਖਾਓ, ਭੁੱਖ ਲੱਗਣ ਲੱਗ ਜਾਏਗੀ। ਇਹਨਾਂ ਪੱਤਿਆਂ ਨੂੰ ਤੁਸੀਂ ਧਨੀਆ ਜਾਂ ਪੁਦੀਨੇ ਦੀ ਚਟਨੀ ਨਾਲ ਵੀ ਖਾ ਸਕਦੇ ਹੋ। ਨੰਬਰ 17, ਜੇਕਰ ਜ਼ਿਆਦਾ ਮਿੱਠਾ ਖਾਂਦੇ ਹੋ ਤਾਂ ਉਸ ਨਾਲ ਕੌੜੀਆਂ ਚੀਜ਼ਾਂ ਜ਼ਰੂਰ ਖਾਓ। ਨੰਬਰ 18, ਪਾਣੀ ਪੀਣ ਨਾਲ ਸਾਡੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ, ਇਸ ਲਈ ਪਾਣੀ ਜ਼ਿਆਦਾ ਪੀਓ। ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਥੈਂਕ ਯੂ।